चलो हूँ हैडिंग तुसी लिखना वा कनेक्टेड मोशन और एटवुड मशीन देखो इधर विच ना एक ऑपरेटर्स इंट्रोड्यूस होएगा पुली पुली बारे पता नहीं अभी ली गई अच्छा वो वाला लॉट बड़ा सारा समझ गया हवेली और वो बनाया मैं यार उधर तो रस्सी भी लांग के है पुली पुली तो पुली वो डिवाइस है जिसकी हेल्प दे नाल ना असी ध्यान ना उधर जिसकी हेल्प दे नाल डायरेक्शन ऑफ फोर्स फोर्स की डायरेक्शन असीं चेंज कर दे या कर सकने तो पुली की है जिसका पर्पस की है डायरेक्शन ऑफ फोर्स नो चेंज करना और देखो सोच के देखो हम जितना खू है ना विदाउट पुली जे आप बाल्टी नालों चो पानी कढ़ना रस्सी बंधनी पैनी है ओदा अंडरस्टूड है बाल्टी ना रस्सी बनी पुली नहीं यूज करनी आपा बाल्टी नु पानी थले सिटया तो जो पानी नु बाहर कटन लाई की करना पड़ना रस्सी नु एदा ऊपर नु खिंचना पड़ना एदा फोर्स लानी पड़नी ना अगेंस्ट द ग्रेविटी पर जेडी पुली है जे ओनु यूज करते हुए रस्सी ओदे तो लंगा ली ता फिर फोर्स लगानी पैनी है ग्रेविटी ने हेल्प करनी है फोर्स लगाने भी तो काम सौखा हो जाना तो पुली जो है ये डायरेक्शन ऑफ फोर्स नो शिफ्ट करने लिए यूज की थी जानती है हूँ पुत्र साड़ी केस तो ज्यादातर सिंगल पुली काला केस ही है अच्छा और पुली भी साड़ी के लिए है जैसे ही हुआ भी क्लास वन टू जो ज्यादातर आइडियल केसेस है मतलब आइडियल मीन्स कि ज्यादा कॉम्प्लेक्स काम नहीं है तो पुली भी की है मासलेस है ते फ्रिक्शनलेस मतलब बहुत ही हल्की है भी ये मास नु असी कंसीडर नहीं करते और फ्रिक्शनलेस तो जितने भी पुली आएगी ना वो मासलेस ते फ्रिक्शनलेस ही होएगी साडे सामने हुन तो आ पुली अटैच हो गई तो ए पुली दी एक्सिस है तो पुली इधर घूम सकती है फ्रीली और इधर ऊपर पुत्र अपना स्ट्रिंग पास करती है इधर आ स्ट्रिंग पास करती है इको पीसी है सिंगल स्ट्रिंग है और इस स्ट्रिंग दे नाल एक एंड दे मास M1 अटैच करता और दूसरे एंड दे M2 हुन अगर अपन कॉमन सेंस नु भी यूज करिए ता अगर ये मास हैवियर है और आ थोड़ा लाइटर होएगा हल्का तैनु छड़ दईए ता ये नीचे नु आएगा ते ऊपर नु जाएगा है ना तो इस केस च असि ये मान के चल रहे हैं M2 ग्रेटर देन M1 ठीक है
ਹੁਣ ਇੱਕ ਗੱਲ ਹੋਰ ਕੀ ਕਰਨੀ ਹੈ, ਸਾਡੀ ਜਿਹੜੀ ਸਪਰਿੰਗ ਹੈ ਉਹ ਕਿਹੜੀ ਹੈ, ਨੇਚਰ ਦੀ ਮਾਸਲੈਸ ਵੀ ਹੈ ਤੇ ਨਾਲ ਦੂਸਰਾ ਹੈ ਇਨਐਕਸਟੈਂਸੀਬਲ। ਇਨਐਕਸਟੈਂਸੀਬਲ ਦਾ ਮਤਲਬ ਬਈ ਇਸ ਰੱਸੀ ਦੀ ਲੰਬਾਈ ਫਿਕਸਡ ਹੈ, ਕਿਉਂਕਿ ਅਦਰਵਾਈਜ਼ ਜੇ ਮੰਨ ਲਓ ਤੁਹਾਡੇ ਕੋਲ ਰੱਸੀ ਹੈ ਉਹਨੂੰ ਆਪਾਂ ਸਟ੍ਰੈਚ ਕਰੀਏ ਖਿੱਚੀਏ ਉਹ ਥੋੜੀ ਜਿਹੀ ਲੰਬੀ ਹੋ ਸਕਦੀ ਹੈ, ਪਰ ਇਹਦੀ ਲੈਂਥ ਕੀ ਹੈ, ਕੋਨਸਟੈਂਟ, ਉਹ ਫਰਕ ਨਹੀਂ ਪੈਂਦਾ, ਇਸ ਕਰਕੇ ਇਹਨੂੰ ਇਨਐਕਸਟੈਂਸੀਬਲ ਕਹਿੰਦੇ ਹਨ। ਹਨਾ, ਤੋ ਇਹ ਕਰੈਕਟਰਿਸਟਿਕਸ ਹੈ ਜਿਹੜੇ ਕਿ ਅਸੀਂ ਆਪਣੇ ਮਾਇੰਡ ਚ ਹਮੇਸ਼ਾ ਲੈ ਕੇ ਚੱਲਦੇ ਹਾਂ, ਇੱਥੇ ਲਿਖ ਦਿੱਤੇ ਆ। ਹੁਣ ਇੱਕ ਗੱਲ ਹੋਰ ਜਿਹੜੀ ਨੋਟ ਕਰਨੀ ਹੈ ਉਹ ਸਿਰਫ ਆਪਣੇ ਲਈ ਹੈ ਵੀ ਇੱਦਾਂ ਕਿਉਂ ਕਰਨਾ। ਹਨਾ, ਦੇਖਿਓ ਹੁਣ ਥੋੜਾ ਜਿਹਾ ਸੋਚ ਕੇ ਦੇਖਿਓ, ਆ ਮੈਂ ਜਾਣ ਕੇ ਤੁਹਾਡੇ ਸਾਹਮਣੇ ਪੁੱਤ ਗ੍ਰੀਨ ਕਲਰ ਦੀ ਲਾਈਨ ਲਗਾ। ਹੁਣ ਇਮੇਜਿਨ ਕਰੋ ਇਹ ਸਟ੍ਰਿੰਗ ਜਿਹੜੀ ਹੈ ਸਿੰਗਲ ਪੀਸ ਹੈ, ਇੱਕੋ ਰੱਸੀ ਹੈ, ਆਈਡੀਅਲ ਹੈ ਬਟ ਸਿੰਗਲ ਹੈ, ਇੱਕੋ ਰੱਸੀ ਲੰਬੀ ਹੈ। ਹੁਣ ਪੁੱਤ ਮੈਂ ਜਾਣ ਕੇ ਆ ਗ੍ਰੀਨ ਲਾਈਨ ਸ਼ੋ ਕਰਤੀ, ਉਹਦੇ ਨਾਲ ਕੀ ਹੋਇਆ, ਆਪਾਂ ਸੋਚ ਸਕਦੇ ਹਾਂ ਆ ਇੱਥੋਂ ਤੱਕ ਰੱਸੀ ਇੱਕ ਪੋਰਸ਼ਨ ਹੈ, ਆਹ ਦੂਸਰਾ ਪੋਰਸ਼ਨ ਹੈ, ਔਰ ਆਹ ਵਾਲਾ ਪੋਰਸ਼ਨ ਥਰਡ ਹੈ, ਆਹ ਵਾਲਾ, ਠੀਕ ਹੈ, ਇੱਦਾਂ ਇਮੈਜਿਨ ਕਰ ਲਓ। ਹੁਣ ਆਹ ਪੋਰਸ਼ਨ, ਅਗਰ ਆਹ ਵਾਲਾ ਪੋਰਸ਼ਨ ਇੱਥੇ ਤੱਕ ਆਪਾਂ ਇਹਨੂੰ ਐਲ ਵਨ ਕਹਿ ਦਈਏ, ਐਲ ਵਨ, ਔਰ ਇਸ ਪੋਰਸ਼ਨ ਨੂੰ ਕਹਿ ਦਈਏ ਐਲ ਟੂ, ਤਾਂ ਆਹ ਜਿਹੜਾ ਪੋਰਸ਼ਨ ਹੈ ਆਹ ਵਾਲਾ ਇਹ ਕਿੰਨਾ ਵਾ, ਤੋ ਜੇ ਆਹ ਸ਼ੇਪ ਕਿਹੜੀ ਨਜ਼ਰ ਆ ਰਹੀ ਹੈ, ਸਰਕਲ, ਜੇ ਆਪਾਂ ਆਪਣੇ ਆਪ ਨੂੰ ਸਮਝਾਉਣ ਲਈ ਆਰ ਰੇਡੀਅਸ ਲੈ ਲਈਏ ਤਾਂ ਆਹ ਪੋਰਸ਼ਨ ਹਾਫ ਸਰਕਲ ਨਹੀਂ ਹੈ, ਕਿੰਨਾ ਬਣ ਗਿਆ ਪਾਈ ਆਰ। ਇਹ ਤਿੰਨੋਂ ਲੈਂਥ ਮਿਲ ਕੇ ਟੋਟਲ ਲੈਂਥ ਹੋ ਗਈ, ਟੋਟਲ ਕਿਹਦੀ ਲੈਂਥ ਹੋਈ, ਸਟ੍ਰਿੰਗ ਦੀ ਹੋ ਗਈ, ਇੱਦਾਂ ਹੀ ਹੈ ਨਾ। ਅੱਛਾ, ਹੁਣ ਥੋੜ੍ਹਾ ਜਿਹਾ ਲੌਜਿਕ ਲਗਾਓ, ਜਦੋਂ ਇਹ ਮਾਸ ਉੱਪਰ ਨੂੰ ਜਾਏਗਾ ਜਾਂ ਨੀਚੇ ਨੂੰ ਆਏਗਾ ਜਿੱਦਾਂ ਮਰਜ਼ੀ, ਪਰ ਕਿਉਂਕਿ ਆਪਾਂ ਐਮ ਟੂ ਗ੍ਰੇਟਰ ਦੈਨ ਐਮ ਵਨ ਮੰਨਿਆ ਵਾ, ਇਹਦਾ ਮਤਲਬ ਇਹਨੇ ਨੀਚੇ ਨੂੰ ਆਉਣਾ, ਇਹਨੇ ਉੱਪਰ ਨੂੰ ਜਾਣਾ। ਹੁਣ ਸੋਚ ਕੇ ਦੇਖੋ, ਜਦੋਂ ਇਹ ਮਾਸ ਉੱਪਰ ਚਲਾ ਗਿਆ ਤਾਂ ਆਹ ਐਲ ਵਨ ਕੀ ਹੋ ਗਿਆ ਛੋਟਾ, ਔਰ ਆਹ ਐਲ ਟੂ ਵੱਡਾ ਹੋ ਗਿਆ, ਪਰ ਆਹ ਵਾਲਾ ਹਿੱਸਾ ਤਾਂ ਉਹੀ ਰਿਹਾ। ਇਹਦਾ ਮਤਲਬ ਆ ਪੋਰਸ਼ਨ ਕਾਂਸਟੈਂਟ ਹੈ, ਸੀ ਦਾ ਮਤਲਬ ਕਾਂਸਟੈਂਟ, ਔਰ ਆਦੀ ਕਾਂਸਟੈਂਟ ਹੈ ਟੋਟਲ ਲੈਂਥ, ਰੱਸੀ ਦੀ ਟੋਟਲ ਲੈਂਥ ਕੀ ਹੈ, ਕਾਂਸਟੈਂਟ। ਇਹਦਾ ਮਤਲਬ ਐਲ ਵਨ ਪਲੱਸ ਐਲ ਟੂ ਵੀ ਕਾਂਸਟੈਂਟ ਲਿਖ ਸਕਦੇ ਹਾਂ, ਕਿਉਂਕਿ ਇਸ ਕਾਂਸਟੈਂਟ ਔਰ ਆ ਵੀ ਕਾਂਸਟੈਂਟ ਹੈ, ਇਸ ਕਾਂਸਟੈਂਟ ਨੂੰ ਇੱਧਰ ਜਾਵਾਂਗੇ, ਕਾਂਸਟੈਂਟ ਮਾਈਨਸ ਕਾਂਸਟੈਂਟ ਨਿਊ ਕਾਂਸਟੈਂਟ, ਇਹੀ ਬਣੋ। ਇਹ ਸਿਰਫ ਆਪਾਂ ਆਪਣੇ ਲਈ ਕਰ ਰਹੇ, ਪਰ ਐਲ ਵਨ ਐਲ ਟੂ ਦੀ ਵੈਲਿਊ ਚੇਂਜ ਹੋ ਰਹੀ। ਹੁਣ ਅਗਰ ਮੈਂ ਪੁੱਤਰ ਕਹਾਂ ਦੋਨੋਂ ਸਾਈਡਸ ਨੂੰ ਡਿਫਰੈਂਸ਼ੀਏਟ ਕਰੋ, ਬੋਥ ਸਾਈਡਸ ਵਿਦ ਰਿਸਪੈਕਟ ਟੂ ਟਾਈਮ, ਆ ਬਣ ਗਿਆ ਡੀਐਲ ਵਨ ਬਾਏ ਡੀ ਟੀ, ਆ ਬਣ ਗਿਆ ਡੀਐਲ ਟੂ ਬਾਏ ਡੀ ਟੀ ਇਜ ਇਕੁਅਲ ਟੂ ਜ਼ੀਰੋ, ਪਤਾ ਲੱਗਾ ਕਿਉਂ ਜ਼ੀਰੋ, ਕਿਉਂਕਿ ਕਾਂਸਟੈਂਟ ਹੈ। ਹੁਣ ਗੌਰ ਨਾਲ ਸੁਣਿਓ ਪੁੱਤ ਗੱਲ ਨੂੰ, ਮਜ਼ੇਦਾਰ ਗੱਲ ਹੈ, ਰਿਜ਼ਲਟ ਹੈ ਸਾਡੇ ਲਈ ਥਰੂ ਆਊਟ, ਡਿਸਟੈਂਸ ਓਵਰ ਟਾਈਮ, ਸਪੀਡ ਹੀ ਹੁੰਦੀ ਹੈ, ਵੈਲੋਸਿਟੀ ਕਹਿ ਲਓ,
dx ਆਪਾਂ ਇੱਥੇ x ਨਹੀਂ ਨਾ ਲਿਆ l1 ਲੈ ਲਿਆ ਜੇ ਤੁਹਾਨੂੰ ਨਹੀਂ l1 ਤੁਹਾਨੂੰ ਤੁਸੀਂ ਕਹਿੰਦੇ ਵੀ ਮੈਂ ਇੱਥੇ x1 ਲੈਣਾ ਇੱਥੇ x2 ਲੈ ਲਓ ਤਾਂ ਫਿਰ ਇੱਥੇ x1 ਹੋ ਜੂ ਇੱਥੇ x2 ਹੋ ਜੂ ਉਹ ਕੋਈ ਫਰਕ ਨਹੀਂ ਮਤਲਬ ਤੁਸੀਂ ਗੱਲ ਨੂੰ ਸਮਝਣ ਲਈ ਜੋ ਮਰਜ਼ੀ ਆ dx ਕਿਉਂਕਿ ਜਦੋਂ ਸਾਡੇ ਸਾਹਮਣੇ dx dt ਪਿਆ ਹੋਵੇ ਤਾਂ ਉਹ ਵੈਲੋਸਿਟੀ ਜ਼ਿਆਦਾ ਵਧੀਆ ਨਜ਼ਰ ਆਉਂਦੀ ਸਾਨੂੰ ਹੈਨਾ ਅੱਖਾਂ ਨੇ ਦੇਖੀ ਹੋਈ ਉਹ ਗੱਲ ਇਸ ਕਰਕੇ ਇਦਾਂ ਲਿਖ ਸਕਦੇ ਹਾਂ ਕੋਈ ਪ੍ਰੋਬਲਮ ਨਹੀਂ ਹੁਣ ਆ ਕਿਹਦੀ ਵੈਲੋਸਿਟੀ ਹੈ ਇਹ ਪਤਾ ਕਿਹਦੀ ਵੈਲੋਸਿਟੀ ਹੈ ਇਸ ਰੱਸੀ ਦੇ ਇਸ ਐਂਡ ਦੀ ਆ ਐਂਡ ਦੀ ਹੁਣ ਆ ਐਂਡ ਕਿਹਦੇ ਨਾਲ ਜੁੜਿਆ ਹੋਇਆ ਮਾਸ ਨਾਲ ਇਹਦਾ ਮਤਲਬ ਆ ਕਿਹਦੀ ਵੈਲੋਸਿਟੀ ਹੈ ਇਹਦੀ ਔਰ ਆਹ ਇਹਦੀ ਵੈਲੋਸਿਟੀ ਹੈ ਮਤਲਬ ਦੋਨੋਂ ਐਂਡਸ ਦੀਆਂ ਵੈਲੋਸਿਟੀਜ਼ ਕੀ ਹੈ ਇਕੁਅਲ ਹੈ ਪਰ ਨੈਗੇਟਿਵ ਸਾਈਨ ਦਾ ਮਤਲਬ ਓਪੋਜ਼ਿਟ ਹੈ ਹਾਂ ਉਹ ਹੈਗਾ ਹੀ ਹੈ ਆ ਉੱਪਰ ਨੂੰ ਜਾ ਰਹੀ ਨੀਚੇ ਨੂੰ ਜਾ ਸਮਝ ਗਏ ਅੱਛਾ ਜੇ ਮੈਂ ਕਹਾਂ ਇਹਨੂੰ ਦੁਬਾਰਾ ਫੇਰ ਡਿਫਰੈਂਸ਼ੀਏਟ ਕਰੋ ਵਿਦ ਰਿਸਪੈਕਟ ਟੂ ਟਾਈਮ ਆ ਕਿਹਦੀ ਐਕਸਲਰੇਸ਼ਨ ਆ ਗਈ ਨਾ ਕਿਹਦੀ ਔਰ ਆਹ ਮਤਲਬ ਇਹ ਹੈ ਵੀ ਜਿਹੜੀ ਗੱਲ ਆਪਾਂ ਸਿੱਖ ਲੈਣੀ ਹੈ ਪੁੱਤ ਜਿਹੜੇ ਮਾਸਿਸ ਰੱਸੀ ਦੇ ਨਾਲ ਜੁੜੇ ਹੋਏ ਆ ਉਹਨਾਂ ਦੀ ਔਰ ਉਹ ਰੱਸੀ ਕਿੱਥੋਂ ਦੀ ਲੰਘ ਰਹੀ ਹੈ ਸਪ੍ਰਿੰਗ ਕਿੱਥੋਂ ਦੀ ਪਾਸ ਕਰ ਰਹੀ ਹੈ ਪੁਲੀ ਚੋਂ ਉਹਨਾਂ ਦੀ ਐਕਸਲਰੇਸ਼ਨ ਦੇ ਵੈਲੋਸਿਟੀ ਮੈਗਨੀਟਿਊਡ ਚ ਦੋਨਾਂ ਦੀ ਵੈਲੋਸਿਟੀ ਵੀ ਸੇਮ ਹੈ ਦੋਨਾਂ ਦੀ ਇਸ ਕਰਕੇ ਹੁਣ ਜੇ ਇਹਦੀ ਐਕਸਲਰੇਸ਼ਨ a ਹੈ ਉੱਪਰ ਨੂੰ ਤਾਂ ਇਹਦੀ ਐਕਸਲਰੇਸ਼ਨ a ਕਿੱਦਾਂ ਨੂੰ ਹੋਊ ਥੱਲੇ ਨੂੰ ਹੁਣ ਇਹ ਗੱਲ ਪ੍ਰੂਵ ਕਰਨ ਲਈ ਆਪਾਂ ਤਾਂ ਕਿ ਸਾਨੂੰ ਕਲੈਰਿਟੀ ਹੋ ਜਾਏ ਕਿ ਇੱਕ ਸਟ੍ਰਿੰਗ ਜਿਹੜੀ ਕਿਹਦੇ ਨਾਲ ਦੋ ਮਾਸਿਸ ਨਾਲ ਜੁੜੀ ਹੋਈ ਹੈ ਔਰ ਕਿੱਥੋਂ ਦੀ ਪਾਸ ਕਰ ਰਹੀ ਹੈ ਓਵਰ ਦਾ ਪੁਲੀ ਤਾਂ ਉਹਦੇ ਦੋਨੋਂ ਐਂਡਸ ਤੇ ਐਕਸਲਰੇਸ਼ਨ ਜਾਂ ਵੈਲੋਸਿਟੀਜ਼ ਦੀ ਵੈਲਿਊ ਕੀ ਹੁੰਦੀ ਹੈ ਮੈਗਨੀਟਿਊਡ ਚ ਬਰਾਬਰ ਹੁੰਦੀ ਹੈ ਸੇਮ ਇਹ ਰਿਜ਼ਲਟ ਕੱਢਣ ਲਈ ਇਹਨਾਂ ਜ਼ੋਰ ਲਗਾਇਆ ਇਹਨੂੰ ਐਕਸਟਰਾ ਨੋਟ ਕਰ ਲਓ ਇਹ ਪੁੱਛਣਾ ਨਹੀਂ ਕਿਸੇ ਨੇ ਬਟ ਸਾਨੂੰ ਪਤਾ ਹੋਣਾ ਚਾਹੀਦਾ ਜੋ ਪੁੱਛਣਗੇ ਉਹ ਆਪਾਂ ਇਸ ਤੋਂ ਹੁਣ ਸ਼ੁਰੂ ਕਰਨਾ 2 ਮਿੰਟ ਬਾਅਦ ਆ ਐਕਸਟਰਾ ਨੋਟ ਕਰ ਲਓ ਬੱਚੇ ਟੈਸਟ ਨਹੀਂ ਆਵੇਗੀ ਤਾਂ ਤੁਸੀਂ ਸ਼ਾਰਟ ਟੈਸਟ ਤੁਸੀਂ ਨਹੀਂ ਕਰਕੇ ਆਏ ਉਹਨੇ ਕੀ ਨਹੀਂ ਪਤਾ ਸਿਰਫ ਤੁਸੀਂ ਆ ਦੋ ਰਿਜ਼ਲਟਸ ਹੀ ਯਾਦ ਰੱਖਣੇ ਆ ਇਹਨਾਂ ਨੂੰ ਹੀ ਅਪਲਾਈ ਕਰੀ ਜਾਣਾ ਆਪਾਂ ਪੂਰੀ ਵਾਲੇ ਕੇਸ ਚ
ਹੁਣ ਬੇਟਾ ਜੋ ਮੇਨ ਆਰਟੀਕਲ ਹੈ ਆ ਹੋ ਗਿਆ ਕਲੀਅਰ। ਹੁਣ ਆਪਾਂ ਇਸ ਮੇਨ ਆਰਟੀਕਲ ਵੱਲ ਆਉਣ ਲੱਗੇ ਹਾਂ। ਹੁਣ ਜਿਹੜਾ ਆਰਟੀਕਲ ਐਗਜ਼ਾਮ ਚ ਲਿਖਣਾ ਆਪਾਂ ਆਵੇ ਪੁਲੀ ਆ ਹੈ ਸਪ੍ਰਿੰਗ ਮਾਸਿਸ ਅਟੈਚਡ ਹੈ ਇਹਦੇ ਉੱਪਰ ਔਰ ਐਮ ਟੂ ਗ੍ਰੇਟਰ ਦੈਨ ਐਮ ਵਨ ਆਪਾਂ ਇਹ ਹੁੰਦਾ ਕਿਉਂਕਿ ਆਪਾਂ ਇਹ ਰਿਜ਼ਲਟ ਡਿਸਕਸ ਕਰ ਲਿਆ ਕਿ ਇਸਦੀ ਐਕਸਲਰੇਸ਼ਨ ਔਰ ਇਸਦੀ ਐਕਸਲਰੇਸ਼ਨ ਦੋਨੋਂ ਸਾਈਡਸ ਦਾ ਮੈਗਨੀਟਿਊਡ ਕੀ ਹੈ ਸੇਮ ਪਰ ਇੱਕ ਨੀਚੇ ਨੂੰ ਜਾ ਰਹੀ ਹੈ ਇੱਕ ਉੱਪਰ ਨੂੰ। ਹੁਣ ਬੇਟਾ ਇੱਕ ਹੋਰ ਗੱਲ ਨੋਟ ਕਰਨੀ ਇਸ ਸੁਣੋ ਇਸ ਮਾਸ ਤੇ ਕਿਹੜੀ ਕਿਹੜੀ ਫੋਰਸ ਲੱਗ ਰਹੀ ਹੈ ਇੱਕ ਤਾਂ ਐਕਟ ਕਰੇਗੀ ਉਸਦਾ ਵੇਟ ਜੋ ਕਿ ਹਮੇਸ਼ਾ ਵਰਟੀਕਲੀ ਅੱਛਾ ਇਹਦੇ ਤੇ ਨਾਰਮਲ ਰਿਐਕਸ਼ਨ ਨਹੀਂ ਹੋਏਗਾ ਕੰਟੈਕਟ ਨਹੀਂ ਹੈ ਨਹੀਂ ਕਿਸੇ ਨਾਲ ਟੈਂਸ਼ਨ ਹੋਏਗੀ ਕਿਉਂਕਿ ਇਹ ਮਾਸ ਇਸ ਸਪ੍ਰਿੰਗ ਦੇ ਨਾਲ ਕੰਟੈਕਟ ਔਰ ਟੈਂਸ਼ਨ ਪਤਾ ਲੱਗਾ ਨਾ ਟੈਂਸ਼ਨ ਕਿਉਂ ਇਸ ਤਰਫ ਹੈ ਕਿਉਂਕਿ ਟੈਂਸ਼ਨ ਦੀ ਡਾਇਰੈਕਸ਼ਨ ਬਾਡੀ ਦੇ ਉੱਪਰ ਇੱਦਾਂ ਸਾਨੂੰ ਨਜ਼ਰ ਆਉਣੀ ਚਾਹੀਦੀ ਹੈ ਕਿ ਉਸ ਟੈਂਸ਼ਨ ਫੋਰਸ ਕਰਕੇ ਬਾਡੀ ਪੁੱਲ ਹੋ ਰਹੀ ਹੈ ਨਾ ਕਿ ਪੁਸ਼ ਕਿਉਂਕਿ ਰੱਸੀ ਨਾਲ ਆਪਾਂ ਬਾਰ ਬਾਰ ਗੱਲ ਕਰਦੇ ਹਾਂ ਖਿੱਚਿਆ ਜਾ ਸਕਦਾ ਬੰਨ ਕੇ ਬਾਡੀ ਨੂੰ ਪੁੱਲ ਪੁਸ਼ ਨਹੀਂ ਕੀਤਾ ਜਾ ਸਕਦਾ। ਅੱਛਾ ਹੁਣ ਇਹਦੇ ਤੇ ਕਿਹੜੀ ਫੋਰਸ ਹੈ ਪੁੱਤ ਹੋਰ ਟੈਂਸ਼ਨ ਹੈ ਔਰ ਇੱਕ ਗੱਲ ਇਹ ਵੀ ਸੁਣ ਲਓ ਕਿਉਂਕਿ ਤੁਹਾਡੀ ਸਪ੍ਰਿੰਗ ਮਾਸਲੈਸ ਹੈ ਔਰ ਸਿੰਗਲ ਪੀਸ ਹੈ ਦੇਖੋ ਆਹ ਵਾਲੀ ਰੱਸੀ ਪੂਰੀ ਇੱਕੋ ਹੀ ਹੈ ਸਿੰਗਲ ਪੀਸ ਠੀਕ ਹੈ ਕਿਉਂਕਿ ਸਪ੍ਰਿੰਗ ਮਾਸਲੈਸ ਹੈ ਔਰ ਜਿਸ ਪੁਲੀ ਦੇ ਉੱਪਰੋਂ ਦੀ ਇਹ ਪਾਸ ਕਰ ਰਹੀ ਹੈ ਉਹ ਪੁਲੀ ਉਹ ਵੀ ਮਾਸਲੈਸ ਹੈ ਪੁਲੀ ਵੀ ਫ੍ਰਿਕਸ਼ਨਲੈਸ ਵੀ ਹੈ ਇਸ ਕਰਕੇ ਇਸ ਪੁਲੀ ਦੇ ਦੋਨੋਂ ਸਾਈਡਸ ਤੇ ਜਿਹੜੀ ਸਪ੍ਰਿੰਗ ਹੈ ਉਹਦੇ ਚ ਟੈਂਸ਼ਨ ਹਮੇਸ਼ਾ ਸੇਮ ਹੋਣੀ ਹੈ ਉਹ ਟੈਂਸ਼ਨ ਸੇਮ ਰਹਿਣੀ ਹੈ ਸਿੰਗਲ ਸਪ੍ਰਿੰਗ ਦੇ ਵਿੱਚ। ਅੱਛਾ ਹੁਣ ਦੇਖੋ ਇਹ ਜਿਹੜੀ ਟੈਂਸ਼ਨ ਹੈ ਇਹ ਟੈਂਸ਼ਨ ਕਿਹਦੇ ਤੇ ਲੱਗ ਰਹੀ ਹੈ ਇਸ ਮਾਸ ਤੇ ਸਟ੍ਰਿੰਗ ਕਰਕੇ ਆਹ ਟੈਂਸ਼ਨ ਇਸ ਮਾਸ ਤੇ ਲੱਗ ਰਹੀ ਹੈ ਸਟ੍ਰਿੰਗ ਕਰਕੇ। ਹੁਣ ਤੁਹਾਨੂੰ ਇਸ ਮਾਸ ਦੀ ਐਕਸਲਰੇਸ਼ਨ ਤੇ ਫੋਰਸਿਸ ਪਤਾ ਲੱਗ ਚੁੱਕੀਆਂ ਇਸ ਮਾਸ ਦੀ ਐਕਸਲਰੇਸ਼ਨ ਤੇ ਫੋਰਸਿਸ ਪਤਾ ਲੱਗ ਗਈਆਂ ਤਾਂ ਅਸੀਂ ਇਕੁਏਸ਼ਨ ਕਿੱਦਾਂ ਲਿਖਣੀ ਹੈ ਤਾਂ ਜਦੋਂ ਅਸੀਂ ਫਸਟ ਬਾਡੀ ਦੀ ਗੱਲ ਕਰਨੀ ਹੈ ਫੋਰ ਫਸਟ ਬਾਡੀ ਅਸੀਂ ਕੀ ਵੇਖ ਰਹੇ ਹਾਂ ਕਿ ਜੋ ਐਕਸਲਰੇਸ਼ਨ ਦੀ ਡਾਇਰੈਕਸ਼ਨ ਹੈ ਉਹਨੂੰ ਅਸੀਂ ਹਾਈਲਾਈਟ ਕਰ ਦੇਣਾ ਇਹਨਾਂ ਕਰਤਾ ਔਰ ਉਸ ਤੋਂ ਬਾਅਦ ਜਿਸ ਬਾਡੀ ਤੇ ਅਸੀਂ ਕੰਸੈਂਟ੍ਰੇਟ ਕਰ ਰਹੇ ਹਾਂ ਫਸਟ ਬਾਡੀ ਤੇ ਉਹਦੀ ਇਕੁਏਸ਼ਨ ਬਣਾਉਣ ਲਈ ਕੀ ਕਰਨਾ ਉਸ ਬਾਡੀ ਦੇ ਮਾਸ ਨੂੰ ਉਸਦੀ ਐਕਸਲਰੇਸ਼ਨ ਨਾਲ ਮਲਟੀਪਲਾਈ ਕਰਨਾ ਔਰ ਉਹ ਬਣ ਜਾਣੀ ਹੈ ਫਸਟ ਬਾਡੀ ਦੇ ਨੈਟ ਫੋਰਸ ਔਰ ਉਹ ਕਿਹਦੇ ਬਰਾਬਰ ਆਣੀ ਹੈ ਪੁੱਤ ਜਿਹੜੀਆਂ ਫੋਰਸਿਸ ਟੈਂਸ਼ਨ ਦੇ ਅਲੋਂਗ ਹੈ ਉਹਨਾਂ ਦੇ ਸਮ ਦੇ ਬਰਾਬਰ ਪਰ ਸਮ ਲੈਣ ਲੱਗੇ ਕੀ ਕਰਨਾ ਜਿਹੜੀ ਆਹ ਵਾਲੀ ਟੈਂਸ਼ਨ ਔਰ ਐਕਸਲਰੇਸ਼ਨ ਦੀ ਡਾਇਰੈਕਸ਼ਨ ਸੇਮ ਹੈ ਇਹਨੂੰ ਪੋਜ਼ਿਟਿਵ ਲੈਣਾ ਔਰ M1G ਨੂੰ ਨੈਗੇਟਿਵ ਤੋਂ T ਆ ਬਣ ਗਈ ਇਕੁਏਸ਼ਨ ਨੰਬਰ 1। ਹੁਣ ਆਪਾਂ ਸ਼ਿਫਟ ਕਰ ਜਾਣਾ ਫੋਰ ਸੈਕਿੰਡ ਬਾਡੀ ਜਦੋਂ ਸੈਕਿੰਡ ਬਾਡੀ ਵੱਲ ਸ਼ਿਫਟ ਕਰਨਾ ਪੁੱਤਰ ਤਾਂ ਸੈਕਿੰਡ ਬਾਡੀ ਤੇ ਨੈਟ ਫੋਰਸ ਲੈਫਟ ਸਾਈਡ ਤੇ ਕਿੱਦਾਂ ਲਿਖਣੀ ਸੈਕਿੰਡ ਬਾਡੀ ਦਾ ਮਾਸ ਤੇ ਸੈਕਿੰਡ ਬਾਡੀ ਦੀ ਐਕਸਲਰੇਸ਼ਨ ਲਿਖੀ। ਹੁਣ ਸੈਕਿੰਡ
रिजिड बॉडी के ऊपर आ फोर्स और आ फोर्स अलोंग द एक्सेलरेशन है, क्योंकि आ डायरेक्शन है ना एक्सेलरेशन की, पर हम इन्हें पॉजिटिव लेना क्योंकि ये फोर्स और एक्सेलरेशन की डायरेक्शन सेम है और ए के लिए ऑपोजिट है, तो ए बन गई इक्वेशन नंबर, पता लग गया है। उन दो इक्वेशंस आ चुकी हैं, एक्सेलरेशन और टेंशन असी फाइंड आउट अगर करने हो तो कर सकते हैं, कितना एडिंग इक्वेशंस 1 एंड 2 जे इन नु ऐड करिए ता लेफ्ट साइड पे m1a plus m2a हो गया पुत्र, जो तो राइट साइड पे देख रहे हैं आप प्लस है तो यहां कैंसिल हो जाएगा तो बचेगा कि तो a कॉमन आ गया तो a इज इक्वल टू सो a आ गई एक्सेलरेशन, इन कर सकते हैं नंबर 3। हुन इत तक नोट कर लो, टेंशन कितना निकालूंगी और ए की वैल्यू नू कितने पुट कर दे, ठीक है। या दूसरी ऑप्शन ये है कि असी इक्वेशन 1 नू इक्वेशन 2 नाल डिवाइड कर ली, दोनों ही ऑप्शन है। जब 1 नू 2 नाल डिवाइड करूंगे तो लेफ्ट साइड पे ए ए कैंसिल आउट हो जाऊ कटेगा, समझेंगे। तो मतलब चॉइस पार्टी है भी तुसानु की कन्वीनियंट लग गया। तो हुन देखो पहली ऑप्शन है ए दी वैल्यू निकाल के इथे पुट कर दो ताकि टेंशन आ जाऊ, या इथे कर दियो ताकि आ जाएगी, वो थानू जो इजी लगेगा ना। मैं एक ऑप्शन दे देना थानू कि आपा की करिए डिवाइडिंग इक्वेशन 1 बाय 2, जब लेफ्ट साइड पे देखोगे m1 a के दे बराबर है p माइनस m1g और m2 a m2g माइनस p, है ना, ये रेशियो इतना लगी ना। मल्टीप्लाई इधर करते हो और इन्हें इधर हो m1 m2g माइनस t m2t माइनस m1g, सो m1 m2g माइनस m1t m2t माइनस m1 m2g, ब्रैकेट खोल दी,
ਹੁਣ ਇਹਨੂੰ ਆਪਾਂ ਇੱਧਰ ਨੂੰ ਲੈ ਆਉਂਦੇ ਹਾਂ ਔਰ ਇਹਨੂੰ ਇੱਧਰ ਲੈ ਜਾਂਦੇ ਹਾਂ, ਆ ਇੱਧਰ ਆ ਕੇ ਡਬਲ ਹੋ ਜਾਣਾ ਔਰ ਐਮ ਟੂ ਟੀ ਪਲੱਸ ਐਮ ਵਨ ਟੀ, ਤਾਂ ਟੀ ਕਾਮਨ ਆ ਗਿਆ ਪੁੱਤ, ਇਹਦਾ ਮਤਲਬ ਟੈਨਸ਼ਨ ਆ ਗਈ। ਇਹਦੇ ਚ ਅਸੀਂ ਬਿਨਾਂ ਨੰਬਰਸ ਦੇ ਨੂਮੈਰੀਕਲ ਵੈਲਿਊਜ਼ ਦੇ ਸੋਲਵ ਕਰ ਰਹੇ ਹਾਂ ਜਨਰਲ ਕੇਸ। ਦੇਖੋ ਨੂਮੈਰੀਕਲ ਫਾਰਮ ਚ ਅਸੀਂ ਕਰ ਲੈਣੇ ਕਨਵਰਟ ਇਹ ਆਰਟੀਕਲ ਦੀ ਤਰ੍ਹਾਂ ਨਾਲ, ਤੁਸੀਂ ਕੱਲ ਨੂੰ ਸ਼ਾਰਟ ਟੈਸਟ ਦੇ ਰਹੇ ਹੋ ਪੁੱਤਰ, ਬਾਅਦ ਚੋਂ ਫਿਰ ਪੇਪਰਾਂ ਤੋਂ ਬਾਅਦ ਫਿਰ ਕਹਿੰਦੇ ਹੁੰਦੇ ਵੀ ਨੰਬਰ ਨਹੀਂ ਆ ਰਹੇ, ਹੈ ਨਾ, ਕਿ ਉੱਥੇ ਦੋ ਦੋ ਵਾਰੀ ਟੈਸਟ ਦੇ ਕੇ ਜਾਂਦੇ ਆ। ਇਹਦਾ ਹੈ ਕੇਸ ਹੈ ਇਹਦਾ, ਆਹ ਯਾ ਮਸ਼ੀਨ ਵਾਲਾ ਦੇ ਵੀ ਉਹ ਪ੍ਰੈਕਟਿਸ ਹੋ ਜਾਏਗੀ। ਦੇਖੋ ਨੂਮੈਰੀਕਲ ਬਣਾ ਲਓ, ਨੂਮੈਰੀਕਲ ਹੈ ਆਪ ਉੱਤਰ ਪੁਲੀ ਹੈ। ਹੁਣ ਧਿਆਨ ਦਿਓ ਗੌਰ ਨਾਲ, ਆ ਐਮ ਵਨ ਹੈ, ਐਮ ਟੂ ਹੈ, ਐਮ ਥ੍ਰੀ, ਫਾਈਂਡ ਐਕਸਲਰੇਸ਼ਨ and tension. ਦੇਖੋ ਪੁਲੀ ਵਾਲੇ ਕੇਸ ਚ ਜਿੰਨੇ ਮਰਜ਼ੀ ਲੈਫਟ ਵੱਲ ਮਾਸਿਸ ਹੈ ਜਿੰਨੇ ਮਰਜ਼ੀ ਰਾਈਟ ਵੱਲ ਮਾਸਿਸ ਹੈ, ਐਕਸਲਰੇਸ਼ਨ ਤਾਂ ਮੈਗਨੀਟਿਊਡ ਚ, ਔਰ ਇਹ ਥੋੜੀ ਜਿਹੀ ਕਾਮਨ ਸੈਂਸ ਹੀ ਹੈ ਕਿ ਦੋ ਮਾਸਿਸ ਹੈਵੀ ਹੋਣਗੇ, ਇਹਦਾ ਮਤਲਬ ਥੱਲੇ ਨੂੰ ਆਣਗੇ, ਇਹ ਉੱਪਰ ਨੂੰ ਜਾਏਗਾ, ਇਸ ਕਰਕੇ ਐਕਸਲਰੇਸ਼ਨ ਦੀ ਡਾਇਰੈਕਸ਼ਨ ਵੀ ਸ਼ੋ ਕਰਦੇ ਕਰ ਸਕਦੇ, ਹੈ ਨਾ। ਹੁਣ ਇਸ ਮਾਸ ਤੇ ਕਿਹੜੀ ਕਿਹੜੀ ਫੋਰਸ ਲੱਗੇਗੀ, ਇੱਕ ਤਾਂ ਵੇਟ ਲੱਗੇ, ਦੂਸਰੀ ਫੋਰਸ ਟੈਨਸ਼ਨ ਲੱਗੇਗੀ, ਹੈ ਨਾ, ਟੈਨਸ਼ਨ ਲੱਗੇ ਲੱਗੇਗੀ। ਇਸ ਮਾਸ ਤੇ ਕਿਹੜੀ ਫੋਰਸ ਲੱਗੇਗੀ, ਇੱਕ ਤਾਂ ਵੇਟ ਲੱਗੇਗਾ ਐਮ ਟੂ ਜੀ, ਦੂਜਾ ਟੈਨਸ਼ਨ ਲੱਗੇਗੀ, ਬਸ ਨਹੀਂ ਬਸ, ਕਿਉਂਕਿ ਇਹ ਮਾਸ ਉੱਪਰ ਵੀ ਸਪ੍ਰਿੰਗ ਨਾਲ ਕਨੈਕਟਡ ਹੈ, ਥੱਲੇ ਵੀ ਕਨੈਕਟਡ ਹੈ, ਇਸ ਕਰਕੇ ਇਸ ਰੱਸੀ ਨੇ ਵੀ ਇਹਦੇ ਤੇ ਟੈਨਸ਼ਨ ਲਗਾਉਣੀ ਹੈ, ਇੱਦਾਂ ਠੀਕ ਹੈ, ਤਾਂ ਹੀ ਪੁੱਲ ਹੋਊ। ਆ
ਆ ਜੀ ਥੱਲੇ ਵਾਲੇ ਦੇ ਨਹੀਂ, ਇਸ ਮਾਸ ਤੇ ਕਿਹੜੀ ਕਿਹੜੀ ਫੋਰਸ ਲੱਗਣੀ, ਇਹਦਾ ਆਪਣਾ ਵੇਟ, ਔਰ ਇਹ ਬਾਡੀ ਉੱਪਰ ਵੀ ਰੱਸੀ ਨਾਲ ਜੁੜੀ ਹੈ, ਥੱਲੇ ਵੀ ਰੱਸੀ ਹੈ। ਜਿਹੜੀ ਉੱਪਰ ਵਾਲੀ ਰੱਸੀ ਹੈ ਉਹ ਟੈਨਸ਼ਨ ਇੱਥੇ ਕਿੱਧਰ ਨੂੰ ਲਗਾਓ, ਔਰ ਥੱਲੇ ਵਾਲੀ ਰੱਸੀ, ਪਤਾ ਲੱਗ ਗਿਆ। ਅੱਛਾ ਹਾਲੇ ਇੱਧਰ ਆਈ ਗਿਆ, ਹੁਣ ਗੱਲ ਨੂੰ ਸੁਣੋ। ਆਹ ਮਾਸ ਇੱਥੇ ਕਿਹੜੀ ਕਿਹੜੀ ਫੋਰਸ, ਵੇਟ ਤੇ ਹੋਰ ਟੈਨਸ਼ਨ, ਟੈਨਸ਼ਨ ਠੀਕ ਹੈ। ਪਰ ਹੁਣ ਇੱਥੇ ਆ ਕੇ ਥੋੜਾ ਜਿਹਾ ਹੁਣ ਆਪਾਂ ਹੋਰ ਗੱਲ ਵੀ ਸਮਝਣੀ। ਦੇਖੋ ਜਦ ਤੱਕ ਕੋਈ ਵੀ ਸਟ੍ਰਿੰਗ ਮਾਸਲੈਸ ਹੈ ਤਾਂ ਥਰੂ ਆਊਟ ਟੈਨਸ਼ਨ ਕੀ ਰਹਿੰਦੀ ਹੈ, ਹਨਾ, ਸੇਮ ਰਹਿਣੀ ਹੈ। ਤੋ ਹੁਣ ਥੋੜਾ ਜਿਹਾ ਗੌਰ ਨਾਲ ਦੇਖੋ ਪੁੱਤ, ਆਹ ਰੱਸੀ ਜਿਹੜੀ ਏਦਾਂ ਆ ਚੱਲ ਰਹੀ, ਆ ਚੱਲ ਰਹੀ, ਆ ਚੱਲ ਰਹੀ, ਇੱਥੇ ਤੱਕ ਸੇਮ ਇੱਕੋ ਰੱਸੀ ਹੈ ਮਾਸਲੈਸ। ਇਸ ਕਰਕੇ ਇਸ ਰੱਸੀ ਦੇ ਵਿੱਚ ਜਿਹੜੀ ਟੈਨਸ਼ਨ ਦੀ ਵੈਲਿਊ ਆ ਟੀਬੀ ਹੈ, ਪਰ ਆਹ ਰੱਸੀ ਕੀ ਹੋ ਚੁੱਕੀ ਹੈ, ਇਹ ਇਹਦੇ ਤੋਂ ਅਲੱਗ ਹੋ ਗਈ, ਸਮਝਦੇ। ਜਾਂ ਕਹਿ ਲਈਏ ਇਸ ਰੱਸੀ ਔਰ ਇਸ ਰੱਸੀ ਚ ਕੀ ਆ ਚੁੱਕਾ ਵਾ, ਇੱਕ ਮਾਸ ਆ ਚੁੱਕਾ ਵਾ, ਇਸ ਕਰਕੇ ਇਹਦੀ ਔਰ ਇਹਦੀ ਟੈਨਸ਼ਨ ਸੇਮ ਨਹੀਂ ਹੋਣੀ, ਬਦਲ ਜਾਣੀ ਹੈ। ਇਸ ਕਰਕੇ ਉਹ ਸਿੰਬਲ ਅਲੱਗ ਸ਼ੋ ਕਰ, ਜਦ ਤੱਕ ਇੱਕੋ ਹੀ ਮਾਸਲੈਸ ਰੱਸੀ ਹੈ ਉਹਦੀ ਟੈਨਸ਼ਨ ਥਰੂ ਆਊਟ ਸੇਮ ਰਹਿਣੀ, ਪਰ ਜਿੱਥੇ ਵਿੱਚ ਮਾਸ ਆ ਕੇ ਨਵੀਂ ਰੱਸੀ ਸਟਾਰਟ ਹੋਈ ਉੱਥੇ ਟੈਨਸ਼ਨ ਬਦਲ ਜਾਣੀ ਹੈ, ਯਾਦ ਰੱਖੇ, ਇਨਰਸ਼ੀਆ ਕਰਕੇ ਹੈ। ਹੁਣ ਬਾਕੀ ਗੱਲ ਤਾਂ ਕੋਈ ਮੈਨੂੰ ਨਹੀਂ ਲੱਗਦਾ ਇੰਨੀ ਔਖੀ ਹੋਣੀ ਚਾਹੀਦੀ, ਕਿਉਂਕਿ ਜਦੋਂ ਸਾਡਾ ਸਾਰਾ ਧਿਆਨ ਪਹਿਲੀ ਬਾਡੀ ਤੇ ਆਣਾ, ਇਹਦੀ ਐਕਸਲਰੇਸ਼ਨ ਉੱਪਰ ਨੂੰ ਔਰ ਏ ਹੈ, ਇਹਦਾ ਮਤਲਬ ਇਹਦੇ ਤੇ ਨੈਟ ਫੋਰਸ ਲੈਫਟ ਸਾਈਡ ਤੇ ਕਿੱਦਾਂ ਲਿਖਾਂਗੇ, ਜਿੰਨੀਆਂ ਵੀ ਫੋਰਸਿਸ ਦੋਈ ਹੈ ਉਹ ਅਲੋਂਗ ਦਾ ਐਕਸਲਰੇਸ਼ਨ ਹੀ ਹੈ, ਇਸ ਕਰਕੇ ਇਹਨਾਂ ਦੋਨਾਂ ਨੇ ਮਿਲ ਕੇ ਨੈਟ ਫੋਰਸ ਪੈਦਾ ਕਰਨੀ ਹੈ। ਪਰ ਇਹਨਾਂ ਨੂੰ ਜੋੜਨ ਤੋਂ ਪਹਿਲਾਂ ਪਲੱਸ ਕਿਹਨੂੰ ਲੈਣਾ, ਔਰ ਇਹਨੂੰ ਆ ਬਣ ਗਈ ਤੁਹਾਡੀ ਇਕੁਏਸ਼ਨ ਨੰਬਰ 1, ਬਾਡੀ ਇਕਲੇ ਬਣਾ ਲਈ ਮੇਰੇ ਤੇ ਆ ਜਾਓ। ਹੁਣ ਜਦੋਂ ਇਹਨੂੰ ਧਿਆਨ ਨਾਲ ਦੇਖਣਾ ਪੁੱਤ, ਇਹਦਾ ਐਕਸਲਰੇਸ਼ਨ ਆ ਵਾ ਹਨਾ, ਨੈਟ ਫੋਰਸ, ਔਰ ਇਹਨੂੰ ਵੀ ਗੌਰ ਨਾਲ ਦੇਖੋ ਇਹਦੇ ਤੇ ਵੀ ਜਿਹੜੀਆਂ ਫੋਰਸਿਸ ਲੱਗ ਰਹੀਆਂ ਤਿੰਨ, ਉਹ ਅਲੋਂਗ ਦਾ ਐਕਸਲਰੇਸ਼ਨ ਹੀ ਹੈ, ਉਹਨਾਂ ਦੀ ਡਾਇਰੈਕਸ਼ਨ ਵੀ ਐਕਸਲਰੇਸ਼ਨ ਦੇ ਅਲੋਂਗ ਹੈ। ਇਸ ਕਰਕੇ ਇਹਨਾਂ ਤਿੰਨਾਂ ਨੇ ਮਿਲ ਕੇ ਨੈਟ ਫੋਰਸ ਪੈਦਾ ਕਰਨੀ ਹੈ, ਪਰ ਇਹਨਾਂ ਵਿੱਚੋਂ ਵੀ ਪੋਜ਼ਿਟਿਵ ਕਿਹਨਾਂ ਨੂੰ ਲੈਣਾ, ਕਿਉਂਕਿ ਆਹ ਦੋਨਾਂ ਦੀ ਡਾਇਰੈਕਸ਼ਨ ਔਰ ਆਹ ਆਪੋਜ਼ਿਟ ਹੈ। ਇਸ ਕਰਕੇ ਈ ਡੈਸ਼ ਪਲੱਸ ਐਮ ਟੂ ਜੀ ਮਾਈਨਸ ਟੀ, ਪਤਾ ਲੱਗਾ। ਔਰ ਥਰਡ ਕੇਸ ਚ ਵੀ ਐਕਸਲਰੇਸ਼ਨ ਸੇਮ ਹੀ ਹੈ, ਕਿੰਨੀ, ਕਿਹਦੇ ਬਰਾਬਰ, ਆ ਪਲੱਸ ਲੈਣੀ ਹੈ ਕਿਉਂਕਿ ਇਹਦੀ ਔਰ ਇਹਦੀ ਡਾਇਰੈਕਸ਼ਨ, ਔਰ ਆ ਮਾਈਨਸ ਲੈਣੀ। ਸੋ ਆ ਇਕੁਏਸ਼ਨਸ ਆ ਗਈਆਂ ਹਨਾ। ਅੱਛਾ ਹੁਣ ਇੱਥੇ ਇੱਕ ਤਾਂ ਕੱਢਣੀ ਸੀ ਐਕਸਲਰੇਸ਼ਨ, ਉਹ ਤਾਂ ਇੱਕੋ ਹੀ ਹੈ ਏ, ਦੂਜੀਆਂ ਕੱਢਣੀਆਂ ਟੈਨਸ਼ਨ, ਟੈਨਸ਼ਨ ਇੱਕ ਟੀ ਹੈ ਤੇ ਇੱਕ ਡੀ ਡੈਸ਼, ਤਾਂ ਤਿੰਨ ਕੁਆਂਟੀਟੀਜ਼ ਨਿਕਾਲਨੀਆਂ ਔਰ ਤਿੰਨ ਇਕੁਏਸ਼ਨ ਸਾਹਮਣੇ ਹੈ। ਮੈਥ ਇਹੀ ਕਹਿੰਦਾ ਜਿੰਨੀਆਂ ਅਨਨੋਨ ਕੁਆਂਟੀਟੀਜ਼ ਉਨੀਆਂ ਇਕੁਏਸ਼ਨ ਸਾਹਮਣੇ ਲੈ ਆਓ ਤੇ ਸੋਲਵ ਕਰ ਲਓ। ਹੁਣ ਤਿੰਨਾਂ ਨੂੰ ਐਡ ਕਰ ਦਿਓ, ਦੇਖੋ ਐਡਿੰਗ ਆ ਲਿਖ ਲਓ ਪਹਿਲਾਂ ਫਟਾਫਟ,
एक्सेलरेशन निकालने लिए की करिए एडिंग, कितने में ऐड कर दो एडिंग इक्वेशंस 1 2 एंड 3 जो तो तीनों में ऐड करोगे की आएगा पता है लेफ्ट साइड पे आ जाएगा ऐड करने के ए कॉमन काट लिया मैं पहले राइट साइड पे देखो आप प्लस पी माइनस खत्म ए प्लस ए माइनस खत्म बचे आखिरी पे एम थ्री प्लस एम टू माइनस एम वन तो ए आ गया निकालनी है टी डैश इधर के की वैल्यू पुट कर दो आ टी डैश है इतनों टी निकलेगी और इतनों टी डैश वो नंबर होंगे ना इजी हो जाएगा ना ये थोड़ा बड़े लग दिया था ठीक है वाले न्यूमेरिकल्स है ना वो देना कितना टैकल कर हाँ देना तो ऐड कर ऐड कितना हाँ तो कैंसल आउट हो जाने अभी हो जाने बचे आ गई है माइनस एम वन जी प्लस एम टू जी प्लस एम थ्री जी जी कॉमन काट रहा वो आगे पीछे लिखते हैं ना ये इस करके और कोई देखो एक और न्यूमेरिकल लिखो हूं आ गया आ एक फ्रिक्शनलेस हॉरिजॉन्टल सरफेस है और ये ते आसी रखती ऑब्जेक्ट M1 और आ रस्सी ना कनेक्ट कीता इथे पुत आ पुली है तो आज भी स्प्रिंग है और इथे एक मास अटैच है M2 ठीक है हुण ये वाला मास नीचे नु आएगा ते आ मास किधर नु जाएगा राइट नु
और एक्सेलरेशन का मैग्नीट्यूड दोनों का सेम ही रहना क्योंकि ये स्प्रिंग जिदे नाल दोनों जुड़े है वो इनएक्सटेंसिबल है मासलेस की प्रॉपर्टी इनएक्सटेंसिबल सी इस करके एक कांसेप्ट आ रहा है। अच्छा हुन इधर पे केड़ी-केड़ी फोर्स लग रही है एक ता लगना इसका वेट दूसरा लगना नॉर्मल रिएक्शन तीजी लगनी है टेंशन है ना। इधर ते वेट लगनी फोर्स ते टेंशन लगनी ठीक है। और क्योंकि आप उधर सिंगल स्ट्रिंग है वाली इस करके टेंशन सेम रहनी है क्लियर है। जब हम ऐसी फोर्सेस ड्रॉ कर लेते हैं उस तो बाद इन कहते हैं फ्री बॉडी डायग्राम कंप्लीट हो गई उस तो बाद ऐसी की करना पहली बॉडी में कंसंट्रेट करो है ना। हुन की गड़बड़ है गड़बड़ नहीं मतलब हुन चेंज आ गया काम हुन पहली बॉडी की जी एक्सेलरेशन की डायरेक्शन है उस डायरेक्शन के अलोंग टेंशन फोर्स है पर बाकी दो फोर्सेस उधर पर पेंडिकुलर है। तो हुन की कर दे आपा कि जिथे किसी भी बॉडी की एक्सेलरेशन की डायरेक्शन सानू पता हो और उधर पे लग रही हैं फोर्सेस भी साडे सामने है अगर ता असी ओदियां इक्वेशंस लिखनियां इक्वेशंस ऑफ मोशन असी बड़ा आराम नाल की करना एक्सेलरेशन वाली डायरेक्शन और ओदे परपेंडिकुलर डायरेक्शन मेंशन कर देनी है स्टार्टिंग ले। अच्छा हुन असी दोबारा डायग्राम च देखना कि जेडी साडी पहली बॉडी है ओदे ते एक फोर्स है इस लाइन वाल एक्सेलरेशन वाली लाइन वाल और दो फोर्सेस है उधर परपेंडिकुलर तो असी जेडिया फोर्सेस परपेंडिकुलर है वो एक्चुअली बैलेंस करती हैं मतलब जेडिया फोर्सेस एक्सेलरेशन की डायरेक्शन दे परपेंडिकुलर एक्ट करती हैं वो कैंसल आउट होती हैं। कैंसल आउट का मतलब बेकोना की डायरेक्शन ऑपोजिट है मैग्नीट्यूड्स बराबर होने हैं इसका मतलब एदी डायरेक्शन और एदी डायरेक्शन और मैग्नीट्यूड्स एदा मतलब फॉर फर्स्ट बॉडी एम के दे बराबर आ गया इकाई इक्वेशन आ गया पर दूजी इक्वेशन कितों लेनी है मास इनटू एक्सेलरेशन मास ते ਹੁਣ ਜਦੋਂ ਮਾਸ ਇਨਟੂ ਐਕਸੈਲਰੇਸ਼ਨ ਵਾਲੀ ਇਕੁਏਸ਼ਨ ਬਣਾਣੀ ਹੈ ਲੈਫਟ ਸਾਈਡ ਤੇ ਤਾਂ ਮਾਸ ਇਨਟੂ ਹੈ ਰਾਈਟ ਸਾਈਡ ਵਾਲ ਸਿਰਫ ਉਹਨਾਂ ਫੋਰਸਿਸ ਨੂੰ ਕੰਸੀਡਰ ਕਰਨਾ ਜਿਹੜੀਆਂ ਅਲੋਂਗ ਦਾ ਐਕਸੈਲਰੇਸ਼ਨ ਆ ਉਹ ਇੱਕੋ ਹੀ ਹੈ ਇਹਦਾ ਮਤਲਬ ਸੌਰੀ ਐਮ 1 ਹੈ ਕਿਉਂਕਿ ਮਾਸ ਹੁਣ ਇਹਦੀ ਇਕੁਏਸ਼ਨ ਕਿੱਦਾਂ ਲਿਖੋਗੇ ਫੋਰ ਸੈਕਿੰਡ ਬਾਡੀ क्योंकि सेकंड बॉडी पे सारी ही फोर्सेस एक्सेलरेशन दे अलोंग है इधर जी कोई इक्वेशन बननी है m2 a is equal to minus b समझ गए। अच्छा एक्सेलरेशन निकालने लिए ना दोनों को की करना पड़ना ऐड कर ले तो जब वो एक्सेलरेशन निकल आई उसी वैल्यू नु इधर पुट कर दियो तो टेंशन भी है ये एरेज करोगे तो फिर थोड़ा जा लंबी कैलकुलेशन है नहीं एच बस इधर ही आ गया है ना आ इक्वेशंस बनाओ पता लग रहा है थोड़ा बहुत
तो एक्सेलरेशन निकालने लिए लिखना एडिंग इक्वेशंस 2 एंड 3 ते एक्सेलरेशन दे फार्मूला जड़ी आई है रिजल्ट वो सेकंड बुक का भी होता पोटेंशियल आए तो बॉडी है आ स्प्रिंग है आ लगी है पुली आ है ठीक है Find acceleration and tension. एक्सेलरेशन शो करते हैं अगला स्टेप की होना फोर्सेस का फोर्सेस वाला जो इना वेट पुत्र वर्टिकली डाउनवर्ड और नॉर्मल रिएक्शन भी है और टेंशन भी है एक्सेलरेशन की डायरेक्शन देख रहे हैं नाल ही फोर्सेस की डायरेक्शन भी देखो तो असी देख रहे हैं कि एक्सेलरेशन दे अलोंग तो सिर्फ इको ही फोर्स है कि जबकि आ फोर्स की है परपेंडिकुलर पर आ वाली फोर्स ना परपेंडिकुलर है ते ना अलोंग है फिर की करिए हुन जेडी फोर्स बॉडी दी एक्सेलरेशन दे ना ता अलोंग है ना एक्सेलरेशन दी परपेंडिकुलर वाला इंक्लाइंड है ओदे कंपोनेंट्स बनाने ओदे लिए की करना तुसी आ पुत्र एक्सेलरेशन वाली डायरेक्शन है आ परपेंडिकुलर वाली डायरेक्शन और दस्या वा आ एंगल कितना होंदा जितना आया पता ना इस करके इस फोर्स का वेट फोर्स है इधर इधर तो कंपोनेंट की आऊंगा m1g cos और इस तरफ
जो असी कंपोनेंट्स बना ले एम वन जी दे तो हम एम वन जी नू कंसीडर नहीं करना और इदा करन नाल की किता असी एम वन दे उपर कुल किनिया फोर्सेस कर दिया चार चारा विचों आ दोनों फोर्सेस परपेंडिकुलर है एक्सेलरेशन दे और आ अलोंग है इदा मतलब आ ता है बैलेंस होन गया बैलेंस लाइक वेयर अपा वही फॉर बॉडी वन तो एन हो गया एम वन जी कॉस थीटा बतू ते नेट फोर्स की इक्वेशन कितना लिखांगे एम वन ए इज इक्वल टू आप प्लस लगाएंगे क्योंकि ये एक्सेलरेशन वाला है और आई नो फॉर बॉडी बी या टू कैंसल है ना उनकी एक्सेलरेशन है ना इस तरह जेडियां फोर्सेस ऑपोजिट है उन्हें दा मैग्नीट्यूड सेम होना जरूरी नहीं है बट जेडियां फोर्सेस अलोंग द एक्सेलरेशन है वो बैलेंस नहीं हो सकती है जो बैलेंस हो गई है फिर एक्सेलरेशन जीरो हो गई तो करते जा रहे हैं बैलेंस सिर्फ किना ने होना जेडियां फोर्सेस एक्सेलरेशन दे परपेंडिकुलर उन बॉडी टू ले का इको इक्वेशन बन रही है ठीक है सो ये इक्वेशन जो असली फिजिक्स के कांसेप्ट को लिख रहे हैं हम तो नॉर्मल रिएक्शन भी पता लग गया इक्वेशन वन का रिजल्ट है एक्सेलरेशन भी की करोगे टू और थ्री नो ऐड कर लेंगे जेडी एक्सेलरेशन आएगी उन्हें मुड़ के टू च पुट कर दे या थ्री च वो तो टेंशन आ जाए है ना ये ऑर्डर फॉलो करना इस तरह हम समझ आ गया तो ए किसी भी